ਭਰੂਣ ਹੱਤਿਆ ਨੂੰ ਰੋਕਣ ਦੇ ਮਕਸਦ ਦੇ ਨਾਲ ਮਲੌਟ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਮਾਜ ਸੇਵੀ ਸੰਸਥਾਵਾਂ ਦੁਆਰਾ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਦੱਸ ਦਈਏ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਮੁਹਿੰਮ ਤਹਿਤ ਮਨਾਈ ਗਈ ਇਸ ਲੋਹੜੀ ਵਿੱਚ 101 ਨਵਜੰਮੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਰੂਣ ਹੱਤਿਆ ਵਰਗੇ ਕੋਹੜ ਨੂੰ ਖਤਮ ਕਰਨ ਉੱਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਤੇ ਸਮਾਜ ਸੇਵੀ ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਨੇ ਕਿਹਾ ਕਿ ਕੁੜੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਸਮਾਗਮ ਕਰਵਾਇਆ ਗਿਆ ਹੈ। ਅੱਜ ਜੋ ਰੇਲਵੇ ਲੰਗਰ ਸੇਵਾ ਸੰਸਥੀ ਰਜਿਸਟਰ ਮਲੌਟ ਵੱਲੋਂ 101 ਬੱਚੀਆਂ ਦੀ ਲੋਹੜੀ ਜਿਹੜੀ ਉਹ ਮਨਾਈ ਜਾ ਰਹੀ ਹੈ। ਇਸ ਦੇ ਮਨਾਉਣ ਦਾ ਜਿਹੜਾ ਮੁੱਖ ਉਦੇਸ਼ ਹੈ ਉਹੀ ਹੈ ਕਿ ਜੋ ਸਾਡੇ ਸਮਾਜ ਦੇ ਵਿੱਚ ਅੱਗੇ ਲੜਕਿਆਂ ਨੂੰ ਵੱਧ ਇੰਪੋਰਟੈਂਸ ਦਿੱਤੀ ਜਾਂਦੀ ਸੀ, ਪਰ ਅੱਜ ਇਹ ਸਮਝਿਆ ਲੜਕੇ ਅਤੇ ਲੜਕੀ ਦੇ ਵਿੱਚ ਕੋਈ ਅੰਤਰ ਨਹੀਂ ਹੈ, ਬਲਕਿ ਜਿਹੜੀਆਂ ਲੜਕੀਆਂ ਨੇ ਉਹ ਲੜਕਿਆਂ ਨਾਲੋਂ ਵੀ ਵੱਧ ਹਰ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇ ਰਹੀਆਂ ਹਨ। ਸੋ ਸਾਡੀਆਂ ਜ਼ਿਲ੍ਹੇ ਦੀਆਂ ਜਥੇਬੰਦੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਕਿ 101 ਬੱਚੀਆਂ ਦੀ ਆਹੀ ਲੋਹੜੀ ਮਨਾਈ ਗਈ ਹੈ, ਔਰ ਇਸ ਤੋਂ ਇਲਾਵਾ ਸਾਡੇ ਵੱਖ ਵੱਖ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਬੱਚੀਆਂ ਦੀ ਲੋਹੜੀ ਹੈ ਉਹ ਮਨਾਈ ਜਾ ਰਹੀ ਹੈ, ਔਰ 11 ਤਰੀਕ ਨੂੰ ਪਿੰਡ ਬਲੋਚਕਰਾ ਦੇ ਵਿੱਚ ਔਰ 12 ਤਰੀਕ ਨੂੰ ਪਿੰਡ ਛਾਪਿਆਂ ਵੇਲੇ ਵਿੱਚ ਮਨਾਈ ਜਾਵੇਗੀ। ਔਰ ਮੇਰੀ ਇੱਛਾ ਹੈ ਕਿ ਸਾਰੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜੀਆਂ ਲੋਹੜੀ ਬੱਚੀਆਂ ਦੀ ਹੈ ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਔਰ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਵੱਧ ਤੋਂ ਵੱਧ ਮਨਾਇਆ ਜਾਵੇ ਤਾਂ ਜੋ ਜਿਹੜੀਆਂ ਸਾਡੀਆਂ ਸਮਾਜਿਕ ਬੁਰਾਈਆਂ ਹਨ, ਚਾਹੇ ਨਸ਼ੇ ਹਨ, ਚਾਹੇ ਭਰੂਣ ਹੱਤਿਆ ਹੈ, ਚਾਹੇ ਦਹੇਜ ਹੈ, ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਹੈ ਉਹ ਠੱਲ ਪਾਈ ਜਾ ਸਕੇ। ਸੋ ਮੈਂ ਅੱਜ ਸਮੁੱਚੀ ਟੀਮ ਦਾ ਇਸ ਗੱਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹ ਬੱਚੀਆਂ ਦਿਨ ਦੁੱਗਣੀ ਅਤੇ ਰਾਜ ਚੌਗਣੀ ਤਰੱਕੀ ਕਰਨ, ਔਰ ਜਿਹੜੀਆਂ ਬੱਚੀਆਂ ਦੇ ਮਾਂ ਬਾਪ ਆਏ ਹਨ ਉਹਨਾਂ ਨੂੰ ਮੈਂ ਅੱਜ ਆਪਣੇ ਵੱਲੋਂ ਸਲੂਟ ਕਰਦਾ ਜਿਨ੍ਹਾਂ ਨੇ ਭਰੂਣ ਹੱਤਿਆ ਨਹੀਂ ਕੀਤੀ ਬਲਕਿ ਸਾਡੀਆਂ ਬੱਚੀਆਂ ਨੂੰ ਉਹਨਾਂ ਨੇ ਜਨਮ ਦਿੱਤਾ ਹੈ। ਇਹ ਸਾਡੇ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ, ਔਰ ਮੈਂ ਅੱਜ ਇਹ ਵੀ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਕਿਸੇ ਪਰਿਵਾਰ 'ਚ 2 ਜਾਂ 3 ਬੱਚੀਆਂ ਹੋਣ, ਜੇਕਰ ਉਹ ਇੱਕ ਬੱਚੀ ਨਹੀਂ ਪਾਲਣਾ ਚਾਹੁੰਦੇ ਤਾਂ ਉਹ ਬੱਚੀ ਕਿਸੇ ਵੇਲੇ ਸਾਡੀ ਕਿਸੇ NGO ਨੂੰ ਦੇ ਸਕਦੇ ਨੇ ਅਤੇ ਅਸੀਂ ਉਸ ਨੂੰ ਕਿਸੇ ਹੋਰ ਪਰਿਵਾਰ ਨੂੰ ਅਡੋਪਟ ਜਿਹੜੀ ਹੈ ਸਰਕਾਰ ਦੇ ਸਹਿਯੋਗ ਨਾਲ ਕਰਵਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਕੇ ਉੱਤੇ ਪਹੁੰਚੀ ਮਲੌਟ ਦੀ ਤਹਿਸੀਲਦਾਰਨੀ ਸੁਖਵੀਰ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਅਜਿਹੇ ਸਮਾਗਮ ਨਾਲ ਕੁੜੀ ਮੁੰਡੇ ਦੇ ਭੇਦਭਾਵ ਨੂੰ ਖਤਮ ਕੀਤਾ ਜਾਵੇਗਾ। ਬੱਚੀਆਂ ਨੂੰ ਜਿਹੜਾ ਹੈਗਾ ਇਹ ਸੜਕੀਆਂ ਦੇ ਬਰਾਬਰ ਅਧਿਕਾਰ ਜਿਹੜੇ ਹੈਗੇ ਆ ਉਹ ਸਾਨੂੰ ਬਿਲਕੁਲ ਬਰਾਬਰ ਅਧਿਕਾਰ ਦੇਣ ਦਾ ਇੱਕ ਸਾਨੂੰ ਮੈਸੇਜ ਦਿੰਦਾ ਹੈਗਾ, ਔਰ ਸਾਨੂੰ ਸਮਾਜ ਦੇ ਵਿੱਚ ਇੱਕ ਚੰਗੀ ਇਹਨਾਂ ਨੇ ਜਿਹੜੀ ਇਹ ਪ੍ਰੋਗਰਾਮ ਕਰਾ ਕੇ ਇੱਕ ਚੰਗੀ ਦੂਰੀ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਅਵੇਅਰਨੈਸ ਹੋਵੇ ਕਿ ਵਾਕਿਆ ਜਿਹੜਾ ਕੁੜੀਆਂ ਜਿਹੜੀਆਂ ਹੈਗੀਆਂ ਉਹ ਮੁੰਡਿਆਂ ਦੇ ਬਰਾਬਰ ਖੜੀਆਂ ਹੋ ਸਕੇ, ਹਰ ਕੰਮ ਹਰ ਕਦਮ 'ਤੇ ਉਹ ਅੱਗੇ ਵੱਧ ਕੇ ਮਰਦ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਬਰਾਬਰ ਕੰਮ ਕਰ ਸਕੇ। ਬਿਊਰੋ ਰਿਪੋਰਟ, ਰੰਗਲਾ TV।